ਦ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਨੂੰ ਲੈ ਕੇ ਪੰਜਾਬ ਸਰਕਾਰ ਵਾਈਸ ਚਾਂਸਲਰ ਦੀ ਨਿਯੁਕਤੀ ਕਰਨ ਨੂੰ ਲੈ ਕੇ ਤਿਆਰੀ ਕਰ ਚੁੱਕੀ ਹੈ ਯਾਨੀ ਕਿ ਹੁਣ ਸੰਭਾਵਨਾ ਜਿਹੜੀ ਹੈ ਨਿਯੁਕਤੀ ਦੀ ਉਹ ਲਗਭਗ ਸਿਰੇ ਚੜ ਦੇ ਦਿਖਾਈ ਦੇ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਕਾਬਿਲ ਅਫਸਰਾਂ ਦੇ ਪੰਜ ਨਾਮ ਜਿਹੜੇ ਆ ਉਹ ਭੇਜੇ ਨੇ ਇਸ ਪੈਨਲ ਦੇ ਵਿੱਚ ਪੰਜ ਨਾਮ ਰੱਖੇ ਗਏ ਨੇ ਮਹਾਰਾ ਦੇ ਨਾਮ ਰੱਖੇ ਗਏ ਆ ਜਿਹੜਾ ਪੈਨਲ ਜਾਰੀ ਕੀਤਾ ਗਿਆ ਸਰਕਾਰ ਨੇ ਬਣਾਇਆ ਇਸ ਦੇ ਵਿੱਚ ਪਜੀ ਦੇ ਡੀਨ ਪ੍ਰੋਫੈਸਰ ਰਾਕੇਸ਼ ਸਹਿਗਲ ਪਜੀ ਨਿਊਕਲੀਅਰ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਕੇ ਕੇ ਅਗਰਵਾਲ ਚੰਡੀਗੜ੍ਹ ਬੱਤੀ ਦੇ ਹਸਪਤਾਲ ਦੇ ਸਾਬਕਾ ਐਚਓਡੀ ਵਿਭਾਗ ਦੇ ਜਿਹੜੇ ਮਾਈਕਰੋ ਬਾਇਓਲੋਜੀ ਦੇ ਪ੍ਰੋਫੈਸਰ ਨੇ ਜਗਦੀਸ਼ ਚੰਦਰਾ ਅਤੇ ਦਿੱਲੀ ਦੇ ਪ੍ਰੋਫੈਸਰ ਰਾਜਦੇਵ SDO ਇਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਇਹ ਪੰਜ ਨਾਮ ਹੈ ਜਿਨ੍ਹਾਂ ਨੇ ਸਰਕਾਰ ਨੇ ਚੁਣਿਆ ਇੱਕ ਪੈਨਲ ਬਣਾਇਆ ਪੰਜ ਨਾਮਾਂ ਦਾ ਤਾਂ ਹੁਣ ਇਹ ਅੱਗੇ ਜਿਹੜਾ ਹੈਗਾ ਰਾਜਪਾਲ ਨੂੰ ਭੇਜ ਦਿੱਤੇ ਨੇ ਤਾਂ ਇਨ੍ਹਾਂ ਪੰਜਾਂ ਦੇ ਵਿੱਚੋਂ ਕਿਸੇ ਇੱਕ ਦਾ ਨਾਮ ਰਾਜਪਾਲ ਨੇ ਸਿਨੀਅਰਟੀ ਵਾਈਜ਼ ਜਾਂ ਫਿਰ ਜਿਹੜਾ ਸੀਨੀਅਰ ਹੈ ਉਸ ਦੇ ਹਿਸਾਬ ਦੇ ਨਾਲ ਇੱਕ ਨਾਮ ਚੁਣਨਾ ਤੇ ਉਸ ਨੂੰ ਵਾਈਸ ਚਾਂਸਲਰ ਲਗਾਇਆ ਜਾਣਾ ਹਾਲਾਂਕਿ ਇਸ ਤੋਂ ਪਹਿਲਾਂ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਵੀ ਪੰਜਾਬ ਸਰਕਾਰ ਤੇ ਪੰਜਾਬ ਦੇ ਰਾਜਪਾਲ ਵਿਚਾਲੇ ਕਾਫੀ ਖਿੱਚੋਤਾਣੀ ਦੇਖਣ ਨੂੰ ਮਿਲੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਈਸ ਚਾਂਸਲਰ ਚਾਹੇ ਉਹ ਪੀਯੂਲ ਦੇ ਪੀਏਯੂਲ ਦੇ ਅਨੰਦਾ ਹੋਵੇ ਐਗਰੀਕਲਚਰ ਯੂਨੀਵਰਸਿਟੀ ਦਾ ਜਾਂ ਫਿਰ ਬਾਬਾ ਫਰੀਦ ਦਾ ਹੋਵੇ ਤਾਂ ਉਸ ਦੇ ਉੱਪਰ ਆਬਜੈਕਸ਼ਨ ਜਿਹੜਾ ਹੈਗਾ ਉਹ ਰਾਜਪਾਲ ਵੱਲੋਂ ਲਗਾਇਆ ਗਿਆ ਸੀ ਤਾਂ ਰਾਜਪਾਲ ਨੇ ਇੱਕ ਲੈਟਰ ਵੀ ਜਾਰੀ ਕੀਤਾ ਸੀ ਉਸ ਸਮੇਂ ਕਿ ਇਹ ਜਿਹੜਾ ਵਾਈਸ ਚਾਂਸਲਰ ਦੀ ਨਿਯੁਕਤੀ ਸਰਕਾਰ ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦੀ ਮਹਾਰਾਂ ਦਾ ਪਹਿਲਾਂ ਨਾਮ ਭੇਜਣਾ ਹੁੰਦਾ ਉਸ ਤੋਂ ਬਾਅਦ ਰਾਜਪਾਲ ਇਸ ਦੇ ਉੱਪਰ ਮੋਹਰ ਲਗਾਏਗਾ ਤਾਂ ਹੁਣ ਸਰਕਾਰ ਨੇ ਅਜਿਹਾ ਕੀਤਾ ਪੰਜ ਨਾਮ ਭੇਜ ਦਿੱਤੇ ਐ ਜਿਦੇ ਵਿੱਚ ਪਜੀ ਦੇ ਡੀਨ ਜਿਹੜੇ ਪ੍ਰੋਫੈਸਰ ਰਕੇਸ਼ ਸੈਗਲ ਹੈ ਉਹਨਾਂ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਤਾਂ ਇਹ ਚਰਚਾ ਹੈਗੀ ਹੈ ਕਿ ਕਿਉਂਕਿ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਹੈਗੇ ਆ ਉਹ ਕੱਲ ਤੋਂ ਦੋ ਦਿਨਾਂ ਦੇ ਸਰਹੱਦੀ ਦੌਰੇ ਤੇ ਜਾ ਰਹੇ ਨੇ ਸਰਹੱਦੀ ਖੇਤਰ ਦਾ ਮੌਇਨਾ ਕਰਨਗੇ ਤਾਂ ਜੇ ਤਾਂ ਅੱਜ ਉਹਨਾਂ ਨੇ ਮੋਹਰ ਲਗਾ ਦਿੱਤੀ ਤਾਂ ਫਿਰ ਨਾਮ ਜਿਹੜੇ ਸ਼ਾਮ ਤੱਕ ਸਾਹਮਣੇ ਆ ਜਾਣਗੇ ਜੇਕਰ ਨਹੀਂ ਹੁੰਦਾ ਤਾਂ ਫਿਰ 8 ਤਰੀਕ ਤੋਂ ਬਾਅਦ ਕਿਉਂਕਿ 7 ਤੇ 8 ਪੰਜਾਬ ਦੇ ਰਾਜਪਾਲ ਸਰਹੱਦੀ ਖੇਤਰਾਂ ਦੇ ਦੌਰੇ ਤੇ ਜਾ ਰਹੇ ਨੇ ਜਿਹੜਾ ਇੰਟਰਨੈਸ਼ਨਲ ਬਾਰਡਰ ਦੇ ਨਾਲ ਖੇਤਰ ਹੈਗੇ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਦੌਰਾ ਕਰਨ ਦੇ ਲਈ ਜਾ ਰਹੇ ਨੇ ਤੇ ਉਸ ਤੋਂ ਬਾਅਦ ਫਿਰ ਫੈਸਲਾ ਲਿਆ ਜਾ ਸਕਦਾ ਹੈ ਤਾਂ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦੇ ਪਹਿਲਾ ਵਾਈਸ ਚਾਂਸਲਰ ਹੁੰਦੇ ਸੀ ਡਾਕਟਰ ਰਾਜ ਭਾਦਰ ਤਾਂ ਉਹਨਾਂ ਦੇ ਖਿਲਾਫ ਪੰਜਾਬ ਦੀ ਸਰਕਾਰ ਵੱਲੋਂ ਇੱਕ ਕਾਰਵਾਈ ਕੀਤੀ ਗਈ ਸੀ ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਦੋਂ ਉਸ ਸਮੇਂ ਇੱਕ ਸਿਹਤ ਮੰਤਰੀ ਸੀ ਤਾਂ ਉਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੀ ਅਚਨਚੇਤ ਚੈਕਿੰਗ ਕੀਤੀ ਸੀ ਤੇ ਪਾਇਆ ਸੀ ਤੇ ਗੱਦੇ ਜਿਹੜੇ ਆ ਉਹ ਗੰਦੇ ਸੀ ਜਿਸ ਦੇ ਉੱਪਰ ਵੀਸੀ ਡਾਕਟਰ ਰਾਜ ਭਾਦਰ ਨੂੰ ਲਟਾ ਦਿੱਤਾ ਗਿਆ ਸੀ ਗੱਦਿਆਂ ਦੇ ਉੱਪਰ ਲੰਮੇ ਪਾਇਆ ਸੀ ਉਹਨਾਂ ਨੇ ਤੇ ਨਾਲ ਕਿਹਾ ਸੀ ਕਿ ਅਜਿਹੇ ਗੱਦਿਆਂ ਦੇ ਉੱਪਰ ਕੀ ਬਾਕੀ ਮਰੀਜ਼ ਜਿਹੜੇ ਪੈਣਗੇ ਇਸ ਤੋਂ ਦੁਖੀ ਹੋ ਕੇ ਡਾਕਟਰ ਰਾਜ ਭਾਦਰ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਇਸ ਮੁੱਦੇ ਦੇ ਉੱਪਰ ਵੀ ਕਾਫੀ ਸਿਆਸਤ ਗਰਮਾਈ ਸੀ ਤੁਹਾਨੂੰ ਯਾਦ ਹੋਵੇਗਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਯੂਨੀਵਰਸਿਟੀ ਦੇ ਸਥਾਈ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਤਾਂ ਹੁਣ ਇਹ ਵਿਵਾਦ ਜਿਹੜਾ ਆ ਸੁਲਝਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਪੰਜ ਨਾਮ ਸਰਕਾਰ ਨੇ ਭੇਜ ਦਿੱਤੇ ਐ ਤੇ ਰਾਜਪਾਲ ਹੁਣ ਇਸ ਦੇ ਉੱਪਰ ਮੋਹਰ ਲਗਾਏਗਾ